ਸਤਿਕਾਰਯੋਗ ਸਾਥੀਓ, ਅੱਜ ਦਾ ਜਿਹੜਾ ਚੇਤਨਾ ਮਾਰਚ ਵੀਰ ਸੁੱਖਾ ਜੀ ਨੇ, ਵੀਰ ਰਾਣਾ ਜੀ ਨੇ ਦੱਸ ਹੀ ਦਿੱਤਾ ਹੈ ਕਿ ਇਹ 1699 'ਚ ਜਿਹੜੀਆਂ ਚਿੜੀਆਂ ਸਾਹਿਬੇ ਕਮਾਲ ਕਲਗੀ ਪਾਤਸ਼ਾਹ ਨੇ ਤਿਆਰ ਕੀਤੀਆਂ ਸੀ, ਅੱਜ ਉਹਨਾਂ ਨੇ ਫਿਰ ਅਡਾਰੀ ਭਰੀ ਹੈ ਸ਼੍ਰੀ ਕੇਸਗੜ੍ਹ ਸਾਹਿਬ ਤੋਂ। ਇਹਦੀ ਜ਼ਰੂਰਤ ਫਿਰ ਕਿਉਂ ਪਈ ਹੈ, ਉਹਦਾ ਕੀ ਕਾਰਨ ਹੋਇਆ? ਇਹ ਜਿਹੜਾ ਜਾਤ ਤੋੜੋ ਸਮਾਜ ਜੋੜੋ ਏਕ ਪਿਤਾ ਏਕ ਏ ਹਵਾਰਕ ਦਾ ਮੈਸੇਜ ਲੈ ਕੇ ਜਿਹੜਾ ਕੇਸਗੜ੍ਹ ਸਾਹਿਬ ਦੀ ਧਰਤੀ ਤੋਂ ਚੱਲੇ ਹੈ, ਗੁਰੂ ਸਾਹਿਬ ਨੇ ਇਸ ਦੱਬੇ ਕੁਕਲੇ ਲੋਕਾਂ ਦੀ ਗੱਲ ਕੀਤੀ ਆ। ਉਹਨਾਂ ਕਿਹਾ ਇਨਹੀ ਕਿਰਪਾ ਸੇ ਸਦੇ ਹਮ ਹੈ ਮੋਸੇ ਗਰੀਬ ਕਰੋੜ ਕਰੇ। ਅੱਜ ਜਿਹਨਾਂ ਨੇ ਸਿੱਖੀ ਤੇ ਕਬਜ਼ਾ ਕਰ ਰੱਖਿਆ, ਸਿੱਖੀ ਦੇ ਠੇਕੇਦਾਰ ਬਣ ਕੇ ਬੈਠੇ ਆ, ਉਹ ਇਹਨਾਂ ਚਿੜੀਆਂ ਨੂੰ ਦੁਬਾਰਾ ਫੇਰ ਲਤਾੜਨ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਮੈਨੂੰ ਬਾਅਦ ਦੁਬਾਰਾ ਫੇਰ ਜਿਹੜਾ ਇਹ ਸਿੱਖ ਇਜ਼ਮ ਦੇ ਵਿੱਚ ਵੜ ਕੇ ਹੈਵੀ ਹੋ ਚੁੱਕਾ ਉਹਨਾਂ ਤੇ। ਇਹਦੇ ਕੀ ਕਾਰਨ ਨੇ? ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਇੱਕ ਹੈ, ਗੁਰੂ ਗ੍ਰੰਥ ਸਾਹਿਬ 35 ਮਹਾਂਪੁਰਸ਼ਾਂ ਦਾ ਦਿੱਤਾ ਹੋਇਆ ਸੰਵਿਧਾਨ ਹੈ, ਦਿੱਤਾ ਹੋਇਆ ਸਿਧਾਂਤ ਹੈ, ਤਾਂ ਫਿਰ ਉਹਨੂੰ ਲੱਗਣਾ ਕਿਉਂ ਮੰਡਿਆ ਹੋਇਆ? ਆਹ ਜੱਟਾਂ ਦਾ ਗੁਰਦੁਆਰਾ, ਆਹ ਰਾਮਗੜੀਆਂ ਦਾ ਗੁਰਦੁਆਰਾ, ਆਹ ਮਜ਼੍ਹਬੀਆਂ ਦਾ ਗੁਰਦੁਆਰਾ, ਆਹ ਰਵਿਦਾਸੀਆਂ ਦਾ ਗੁਰਦੁਆਰਾ ਕਿਉਂ? ਤੇ ਗੁਰੂ ਗ੍ਰੰਥ ਸਾਹਿਬ ਦੇਖ ਕੇ ਫਿਰ ਕਿਹਾ ਕਿਉਂ ਹੈ? ਸ਼ਮਸ਼ਾਨ ਘਾਟ ਕਿਉਂ ਲੱਗ ਗਿਆ? ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਮੈਂ ਇੱਕ ਦੋ ਉਦਾਹਰਨਾਂ ਦੇਣੀਆਂ ਚਾਹੁੰਦਾ। ਤੁਹਾਡੇ ਇਲਾਕੇ ਇੱਕ ਨਕੋਤਰ ਪਿੰਡ ਹੈ, ਉੱਥੇ ਇੱਕ ਬਾਲੀਗੜ ਪਰਿਵਾਰ ਦੇ ਵਿੱਚੋਂ ਜਿਹੜਾ ਅਖੌਤੀ ਜਾਤਾਂ ਦਿੱਤੀਆਂ ਮਨੂ ਨੇ 1743 ਜਾਤਾਂ, ਉਹਨਾਂ ਚੋਂ ਇੱਕ ਬੀਬੀ ਦੀ ਮੌਤ ਹੋ ਗਈ, ਤਾਂ ਉੱਥੇ ਦਾ ਜੱਟ ਪਰਿਵਾਰ ਨੇ ਸ਼ਮਸ਼ਾਨ ਘਰ ਦੇ ਵਿੱਚ ਜਿਹੜਾ ਉਹ ਸੰਸਕਾਰ ਨਹੀਂ ਕਰ ਦਿੱਤਾ, ਤੇ ਉਹਨਾਂ ਨੇ ਮਜਬੂਰ ਹੋ ਕੇ ਜਦੋਂ ਸੜਕ ਦੇ ਵਿੱਚ ਜਗ੍ਹਾ ਤਿਆਰ ਕਰਨੀ ਸ਼ੁਰੂ ਕੀਤੀ, ਤਾਂ ਉਹਨਾਂ ਨੂੰ ਮਤਲਬ ਉੱਥੇ ਇੱਕ ਜ਼ਿਮੀਦਾਰ ਸੀਗਾ, ਚਲੋ ਗੁਰੂ ਦੇ ਸਿੱਖ ਵੀ ਬਹੁਤ ਨੇ ਲਗੀਨਾ ਬਹੁਤ ਆਵੇ, ਉਹਨਾਂ ਨੇ 10 ਮਰਲੇ ਜਗ੍ਹਾ ਦਿੱਤੀ। ਇਸੇ ਤਰ੍ਹਾਂ ਤਰਨ ਤਾਰਨ ਦੀ ਘਟਨਾ, ਇੱਕ ਜਗਿੰਦਰ ਸਿੰਘ ਨਾਂ ਦਾ ਸਿੱਖ ਗੁਰਪ੍ਰਪਾਤ ਤੋਂ ਬੰਦੇ ਦੀ ਮੌਤ ਹੋ ਗਈ, ਤਾਂ ਇਹ ਹਿੰਕੜਵਾਦ ਜਿਹੜੇ ਅੱਜ ਸਿੱਖੀ ਦੇ ਠੇਕੇਦਾਰ ਹੈ, ਉਹਨਾਂ ਨੇ ਉਹ ਗੁਰਦਾ ਸੇਵਾ ਜਿਹੜਾ ਚੁੱਕੇ ਬਾਹਰ ਸਿੱਖ ਅਖਬਾਰਾਂ ਦੇ ਵਿੱਚ ਆਇਆ। ਆਮ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀ ਐਟਰੋਸਿਟੀ ਹੁੰਦੀ ਹੈ। ਇੱਕ ਰੋਮੀ ਦਾ ਡੇਰਾ ਬਾਜਾ ਪੁੱਛੋ ਮੰਡੀ, ਉੱਥੇ ਦਾ ਇੱਕ ਸੁੱਖਾ ਸਾਧਿਆ, ਉਸ ਡੇਰੇ ਤੇ ਸਾਡੇ ਪੰਜਾਬ ਦਾ ਜਿਹੜਾ ਸੀਐਮ ਹੈ, ਡਿਪਟੀ ਸੀਐਮ ਹੈ, ਉਹ ਵੀ ਜਾ ਚੁੱਕਾ। ਸ਼੍ਰੋਮਣੀ ਕਮੇਟੀ ਦੇ ਜਿਹੜੇ ਮਤਲਬ ਇਸ ਤੇ ਠੇਕੇਦਾਰ ਨੇ, ਉਹ ਵੀ ਉੱਥੇ ਜਾ ਚੁੱਕੇ, ਪਰ ਕਿਸੇ ਨੇ ਨੀ ਕਿਹਾ ਕਿ ਆਹ 20 ਜਗ੍ਹਾ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇਖਿਆ, ਇਹ ਦੁਕਾਨਦਾਰੀ ਕਿਉਂ ਸ਼ੁਰੂ ਕੀਤੀ ਹੈ? ਉੱਥੇ ਜ਼ਿਮੀਦਾਰਾਂ ਦੇ ਭਾਂਡੇ ਲੱਗ ਨੇ, ਮਜ਼ਬੀਆਂ ਦੇ ਲੱਗ ਨੇ, ਕੰਮੀਆਂ ਦੇ ਲੱਗ ਨੇ, ਇਹ ਕਿਉਂ ਹੈ? ਮੇਰੇ ਚੌਥੀ ਪਾਤਸ਼ਾਹ ਨੇ ਤਾਂ ਇਸ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ, ਇਸ ਭਾਵ ਭੇਦਭਾਵ ਨੂੰ ਮੁਕਾਉਣ ਦੀ ਗੱਲ ਕੀਤੀ ਆ। ਅੰਮ੍ਰਿਤ ਇੱਕੋ ਬਾਟੇ ਦੇ ਵਿੱਚ ਛਕਾ ਕੇ ਉਸ ਤੋਂ ਬਾਅਦ ਆਪ ਅੰਮ੍ਰਿਤ ਛਕਿਆ, ਤੇ ਜਦੋਂ ਉਹਨਾਂ ਨੂੰ ਇਸ ਜਨੂਨੀਆਂ ਨੇ ਮਨੁਵਤੀਆਂ ਨੇ ਕਿਹਾ ਕਿ ਤੂੰ ਕੀ ਆ ਕਰਤਾ ਜਾਂਦੀ ਫੌਜ ਨਹੀਂ ਫਿਰਦਾ, ਤੇ ਉਹਨਾਂ ਨੇ ਇਹ ਸ਼ਬਦ ਵਰਤੇ ਸੀ ਜਿਹੜੇ ਮੈਂ ਪਹਿਲਾਂ ਦੁਹਰਾ ਚੁੱਕਾ, ਇਹ ਨਹੀਂ ਕਿ ਕਿਰਪਾ ਤੇ ਸਦੇ ਹਮ ਹੈ ਮੋਸੇ ਗਰੀਬ ਕਰੋੜ। ਮਨੁਵਤ ਆਪਣਾ ਘਰ ਕਰ ਚੁੱਕਾ, ਇਹ ਅੱਜ ਦੀ ਗੱਲ ਨਹੀਂ, ਜੈਸਾ 1920 ਦੇ ਵਿੱਚ
ਸ਼੍ਰੋਮਣੀ ਕਮੇਟੀ ਦਾ ਸੰਗਠਨ ਹੋਇਆ ਕਿਹੜਾ ਦੱਤੇ ਪਿਤਲੇ ਗੁਰੂ ਗੋਬਿੰਦ ਸਿੰਘ ਦੀਆਂ ਕਿੜੀਆਂ ਜਿਹੜੇ ਫੌਜ ਤੋਂ ਬਚ ਕੇ ਆਏ ਸੀ ਕਿਸੇ ਦੂਜੇ ਦੁੱਖ ਦੇ ਵਿੱਚੋਂ ਉਹਨਾਂ ਨੇ ਉੱਥੇ ਆਪਣੀ ਗਰੇਬ ਜਿਹੜੀ ਆ ਉਹ ਜਿਹੜੀ ਚਾਹੀ ਉੱਥੇ ਨਮਸਤਕ ਹੋਣ ਲਈ ਉਹ ਹਰਿਮੰਦਰ ਸਾਹਿਬ ਪਹੁੰਚੇ ਤੇ ਉੱਥੇ ਬਾਬੇ ਦਾ ਜਿਹੜਾ ਵਜ਼ੀਰ ਸੀ ਉਹ ਬਾਬੇ ਦੀ ਹਜ਼ੂਰੀ ਚ ਉੱਠ ਕਰਿਆ ਤੇ ਉੱਥੇ ਉਹਨਾਂ ਨੇ ਗੁਰਮਤਾ ਕੀਤਾ ਜਿਹੜਾ 1919 ਦਾ ਚੰਨਿਆ ਵਾਲਾ ਕਾਂਡ ਹੈ ਉਹ ਸਾਨੂੰ ਦੱਸ ਰਿਹਾ ਭਾਵੇਂ ਉਹਨੂੰ ਹੋਰ ਰੰਗ ਦੇ ਦਿੱਤਾ ਗਿਆ ਸਿਆਸੀ ਰੰਗ ਦੇ ਦਿੱਤਾ ਗਿਆ ਵਿਸਾਖੀ ਵਾਲੇ ਦਿਨ ਦੀ ਜਿਹੜੀ ਗੱਲ ਘਟਨਾ ਘਟੀ ਹੈ ਉਹ ਗੁਰੂ ਗੋਬਿੰਦ ਸਿੰਘ ਦੀਆਂ ਕਿੜੀਆਂ ਉੱਥੇ ਕੱਟੀਆਂ ਹੋਈਆਂ ਸੀ ਤੇ ਜਿਹੜਾ ਹੈਡਿੰਗ ਚੀਜ਼ ਉਸ ਟਾਈਮ ਤੇ ਅਰੂਰ ਸਿੰਘ ਨਾਂ ਦਾ ਇੱਕ ਜਿਹੜਾ ਭਰਮ ਚੌਧਰੀ ਸੀ ਅੱਜ ਵੀ ਜਿਹੜਾ ਮੈਂ ਇੱਥੇ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਅੱਜ ਵੀ ਜਿਹੜਾ ਸਿੱਖੀ ਦਾ ਜਿਹੜਾ ਠੇਕੇਦਾਰ ਨਾਂ ਆ ਜਿਹਨੇ ਸੈਂਕੜੇ ਹਜ਼ਾਰਾਂ ਮੁੰਡੇ ਜਿਹੜੇ ਸ਼ਹੀਦ ਕਰਵਾ ਦਿੱਤੇ ਆ ਉਹਦਾ ਨਾਮਾ ਸੀ ਉਹ ਜਿਹੜੇ ਮਜੀਠੀਏ ਸੁੰਦਰ ਸਿੰਘ ਮਜੀਠੀਆ ਜਿਹਨਾਂ ਨੇ ਕੌਮ ਦੇ ਨਾਲ ਬੜਾ ਧੋਖਾ ਕੀਤਾ ਉਸ ਜਿਹੜਾ ਪਟਵਾਰ ਸੀ ਉਹਨੂੰ ਮਤਲਬ ਪਾਰਟੀ ਦਿੱਤੀ ਸੀ ਜਗ੍ਹਾ ਵਾਲੇ ਕਾਂਡ ਤੋਂ ਬਾਅਦ ਤੇ ਉੱਥੇ ਆਪਣਾ ਮਤਲਬ ਉਹਨਾਂ ਨੇ ਇਲਾਜ ਦਾ ਪ੍ਰੀਤੀ ਭੋਜਨ ਮਿਲਾ ਦਿੱਤਾ ਸੀਗਾ ਸੁੰਦਰ ਸਿੰਘ ਮਜੀਠੀਏ ਨੇ ਅੱਜ ਕੌਮ ਦੇ ਜਿਹੜੇ ਕਿਰਦਾਰ ਨੇ ਉਹ ਸਿੱਖੀ ਦੇ ਫਾਸਲ ਨੇ ਲਿਖੇ ਆ ਤੇ ਇਹ ਦਰਸ਼ਕ ਜਿਹੜਾ ਮੈਂ ਕਿਹਾ ਆ ਗੁਰੂ ਗੋਬਿੰਦ ਸਿੰਘ ਦੇ ਕਿਹਾ ਤੇ ਮੈਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਮੁਕਤੀ ਮੋਰਚਾ ਜਿਹੜਾ ਉਹਦਾ ਇੱਕ ਹਿੱਸਾ ਆ ਇਸ ਲਹਿਰ ਦਾ ਹਿੱਸਾ ਆ ਤੇ ਮੈਂ ਉਹਨਾਂ ਦਾ ਧਰਤੀ ਕੋਲ ਧੰਨਵਾਦ ਕਰਦਾ ਸਾਥੀਆਂ ਦਾ ਆਓ ਉਸ ਮਿਸ਼ਨ ਨੂੰ 35 ਵਾਂ ਪੁਰਸ਼ਾਂ ਦੇ ਮਿਸ਼ਨ ਨੂੰ ਬੇਗਮਪੁਰਾ ਖਾਲਸਾ ਰਾਜ ਨੂੰ ਦੁਬਾਰਾ ਕਾਇਮ ਕਰਨ ਦੇ ਲਈ ਆਪਾਂ ਮਤਲਬ ਜਿਹੜਾ ਹਮਲਾ ਮਰ ਗਏ ਤਾਂ ਅਗਲੇ ਸਿੱਖੀ ਦੇ ਵਿੱਚ ਮਨੋਬਲ ਬਣ ਚੁੱਕਾ ਉਹਨੂੰ ਮਨ ਦੂਰ ਪਟਾਈਏ ਕਿਉਂਕਿ ਸਿੱਖੀ ਸਾਡੀ ਹੈ ਅਸੀਂ ਸਿਰ ਦੇ ਉੱਤੇ ਸਰਦਾਰੀਆਂ ਲਈਆਂ ਜਿਹਨਾਂ ਨੇ ਪੰਜਾਬ ਦੇ ਵਿੱਚ ਸਰਦਾਰੀਆਂ ਲਈਆਂ ਅੱਜ ਤੱਕ ਸਿੱਖੀ ਦੇ ਜਿਹੜੇ ਠੇਕੇਦਾਰ ਬਣ ਕੇ ਬੈਠੇ ਆ ਉਹਨਾਂ ਨੂੰ ਮਦਦ ਪਜਾਇਆ ਜਾ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ